ਲੈ ਕੇ ਹੁਣ ਤੱਕ 6 ਸਾਲ ਹੋ ਗਏ, ਮੁੜਿਆ ਹੀ ਨਹੀਂ ਵਾਪਸ, ਵੀ ਇਹਦੀ PR ਕੈਂਸਲ ਹੋ ਗਈ ਹੈ। ਹੁਣ ਤਾਂ ਇਹਦਾ ਇੱਕੋ ਹੀ ਆਪਸ਼ਨ ਹੈ, ਇੱਕੋ ਹੀ ਹੱਲ ਆ, ਇਹਦਾ ਬੇਟਾ ਜਿਹੜਾ ਬਾਹਰ ਕੈਨੇਡਾ ਦੇ ਵਿੱਚ ਆ ਉਹ ਇਹਨੂੰ ਸੱਦੇ ਦਾ। ਜੱਗਾ ਹੁਣ ਪਿਛਲੇ 1 ਸਾਲ ਤੋਂ ਲਗਾਤਾਰ ਕਹਿ ਰਿਹਾ ਸੀ ਮੈਂ ਜਾਣਾ, ਮੈਂ ਜਾਣਾ, ਮੈਂ ਜਾਣਾ। ਅਸੀਂ ਬੜਾ ਸਮਝਾਉਂਦੇ ਸੀ ਵੀ ਜੱਗੇ ਕਿਹਦੇ ਕੋਲ ਜਾਣਾ, ਪਰ ਨਹੀਂ ਮੰਨਿਆ। ਸਿਆਲਾਂ 'ਚ ਅਸੀਂ ਇਹਨੂੰ ਭੇਜਤਾ ਵੀ ਚੱਲ 2-4 ਦਿਨ ਲਾਇਆ, ਇਹ ਗਿਆ, ਇਹਨੂੰ ਕਿਸੇ ਨੇ ਆਪਣੇ ਘਰੇ ਨਹੀਂ ਵੜਨ ਦਿੱਤਾ। ਭੈਣ ਕੋਲੇ ਗਿਆ ਖੰਨੇ ਵਾਲੀ ਕੋਲੇ, ਉਹਨੇ ਵੀ ਨਹੀਂ ਰੱਖਿਆ। ਮੇਰੇ ਕੋਲ ਪੈਸਾ ਵਾ ਉੱਥੇ 50 ਵਿਦੇਸ਼ ਰੁਪਏ 27 ਲੱਖ ਡਾਲਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੱਗਾ ਸਾਡਾ ਕੈਨੇਡਾ ਵਾਲਾ ਜਗਰਾਓਂ ਦਾ ਰਹਿਣ ਵਾਲਾ ਵੀਰ, ਜੱਸਲਾਂ ਦਾ ਮੁੰਡਾ, ਨਿੱਕਾ ਜਿਹਾ ਸੀਗਾ ਜਦੋਂ ਮਾਂ ਕੈਂਸਰ ਨਾਲ ਮਰ ਗਈ ਸੀ, ਪਿਓ ਨੇ ਹੋਰ ਵਿਆਹ ਕਰਾ ਲਿਆ, ਦਾਦੀ ਨੇ ਪਾਲਿਆ, ਦਾਦੀ ਨੇ ਪਾਲ ਕੇ ਕੈਨੇਡਾ 'ਚ ਰਿਸ਼ਤਾ ਕਰਾਇਆ, ਕੈਨੇਡਾ ਭੇਜਿਆ ਪੋਤਾ। ਬਸ ਕੈਨੇਡਾ ਜਾ ਕੇ ਐਸਾ ਚੱਕਰ ਚੱਲਿਆ, ਘਰ ਵਾਲੀ ਦੇ ਨਾਲ ਡਿਸਪਿਊਟ ਪੈ ਗਿਆ। ਡਿਸਪਿਊਟ ਪੈਣ ਤੋਂ ਬਾਅਦ ਥਾਣੇ ਪੁਲਿਸ ਸੱਦ ਲਈ, ਪੁਲਿਸ ਨੂੰ ਫੜਾਤਾ। ਥਾਣੇ ਪੁਲਿਸ ਜਾ ਕੇ ਉੱਥੇ ਇਹ ਅਪਸੈਟ ਹੋ ਗਿਆ ਜੇਲ੍ਹ 'ਚ, ਬਸ ਉੱਥੇ ਕਿਸੇ ਗੈਂਗ ਨਾਲ ਰਲ ਗਿਆ, ਚੈਨ ਸਨੈਚਿੰਗ ਕਰਨ ਲੱਗ ਗਿਆ, ਮੈਰੂਆਨਾ ਭੰਗ ਪੀਣ ਲੱਗ ਗਿਆ, ਅਪਸੈਟ ਹੋ ਗਿਆ। ਵਾਈਫ ਨੇ ਇਹਦੇ ਮਾਮੇ ਜੀ ਦੇ ਮੁੰਡੇ ਨਾਲ ਵਿਆਹ ਕਰਾ ਲਿਆ ਸਕੇ ਨਾਲ, ਉਹਦੇ ਨਾਲ ਇਹ ਹੋਰ ਅਪਸੈਟ ਹੋ ਗਿਆ। ਉਸ ਤੋਂ ਬਾਅਦ 6-7 ਸਾਲ ਕੈਨੇਡਾ ਦੇ ਵਿੱਚ ਰਿਹਾ ਤਾਂ ਇਹਦਾ ਪਾਸਪੋਰਟ ਵੀ ਐਕਸਪਾਇਰ ਹੋ ਗਿਆ, ਅਤੇ ਪਾਸਪੋਰਟ ਐਕਸਪਾਇਰ ਹੋਣ ਤੋਂ ਬਾਅਦ ਇਹ ਉੱਥੇ ਸ਼ੈਲਟਰਾਂ 'ਚ ਰਹਿੰਦਾ ਸੀ, ਇਹ ਉੱਥੇ ਸੜਕ 'ਤੇ ਰਹਿੰਦਾ ਸੀ। ਉਸ ਤੋਂ ਬਾਅਦ ਇਹ ਕਹਿੰਦਾ ਮੈਂ ਇੰਡੀਆ ਆਉਣਾ, ਉੱਥੋਂ ਸਰਕਾਰ ਨੇ ਇਹਨੂੰ 1 ਟਾਈਮ ਪਾਸਪੋਰਟ ਬਣਵਾ ਕੇ, ਵਾਈਟ ਪਾਸਪੋਰਟ 1 ਟਰੈਵਲਿੰਗ ਲਈ ਇੰਡੀਆ ਭੇਜਤਾ। ਇਹਦੀ ਵਾਪਸੀ ਦੀ ਟਿਕਟ ਵੀ ਕਰਾਈ ਨਾਲ, ਇੰਡੀਆ ਆ ਗਿਆ। ਆ ਕੇ ਅਪਸੈਟ ਹੋਇਆ ਹੋਇਆ ਸੀ, ਘਰੇ ਗਿਆ, ਪਿਓ ਨੇ ਘਰੇ ਨਹੀਂ ਵੜਨ ਦਿੱਤਾ, ਭੈਣ ਭਰਾਵਾਂ ਨੇ ਘਰੇ ਨਹੀਂ ਵੜਨ ਦਿੱਤਾ, ਦਾਦੀ ਮਰ ਚੁੱਕੀ ਸੀ, ਬਸ ਇਹ ਸੜਕਾਂ 'ਤੇ ਰਹਿਣ ਲੱਗ ਗਿਆ। ਪਾਸਪੋਰਟ ਇਹਦਾ ਗੁੰਮ ਗਿਆ, ਕਾਗਜ਼ ਪੱਤਰ ਕਿਸੇ ਨੇ ਸਿੱਟ 'ਤੇ ਕਿਤੇ, ਪਤਾ ਹੀ ਨਹੀਂ ਕਿੱਥੇ ਗਿਆ। 4-5 ਸਾਲ ਇਹ ਸੜਕਾਂ 'ਤੇ ਰਿਹਾ, ਸੜਕਾਂ 'ਤੇ ਰਹਿ ਕੇ ਤੁਸੀਂ ਦੇਖੀਆਂ ਤਸਵੀਰਾਂ ਕੀ ਹਾਲ ਹੋ ਗਿਆ ਸੀ ਜੱਗੇ ਦਾ। ਅਤੇ 2016 ਦੇ ਵਿੱਚ ਢਾਬੇ 'ਤੇ ਸ਼ੁਰੂਆਤੀ ਦੌਰਾਂ 'ਚ, ਜਦੋਂ ਸਾਡੇ ਕੋਲ ਬਾਪੂ ਕੇਸਰ ਸਿੰਘ ਜੀ ਸੀਗੇ, ਸ਼ੁਕਲਾ ਬਾਈ ਸੀ, ਉਦੋਂ ਸਾਨੂੰ ਇਹ ਢਾਬੇ 'ਤੇ ਮਿਲਿਆ, ਉਹ ਤਸਵੀਰਾਂ ਵੀ ਅਸੀਂ ਸਾਂਝੀਆਂ ਕੀਤੀਆਂ ਹੋਈਆਂ। ਸੜਕ 'ਤੇ ਜਾਂਦਾ ਸੀ, ਘੇਰ ਲਿਆ, ਇਹਨੂੰ ਨਵਾਇਆ ਧਵਾਇਆ, ਰੋਟੀ ਪ੍ਰਸ਼ਾਦਾ ਛਕਾਇਆ। ਇਹ ਕਹਿੰਦਾ ਮੈਂ ਆਪਣੀ ਭੈਣ ਦੇ ਘਰ ਜਾਣਾ, ਖੰਨੇ ਮੇਰੀ ਭੈਣ ਆ, ਇਹਨੇ ਸਾਡੇ ਤੋਂ 200 ਰੁਪਈਆ ਲਿਆ, ਚਲਿਆ ਗਿਆ ਨਹਾ ਧੋ ਕੇ। ਉਸ ਤੋਂ ਬਾਅਦ ਸਮਾਂ ਬੀਤਦਾ ਗਿਆ, 2017 ਦੇ ਵਿੱਚ ਸਾਨੂੰ ਫੋਨ ਕਰਕੇ ਦੱਸਿਆ ਕਿਸੇ ਵੀਰ ਨੇ ਵੀ ਜਿਹੜਾ ਤੁਸੀਂ ਫੋਟੋਆਂ ਪਾਈਆਂ ਸੀ ਢਾਬੇ 'ਤੇ ਕਿਸੇ ਟਾਈਮ, ਉਹ ਕੈਨੇਡਾ ਦਾ PR ਆ ਮੁੰਡਾ, ਵੀ ਉਹ ਸੜਕਾਂ 'ਤੇ ਰੁਲਦਾ ਜਗਰਾਓਂ ਦਾ ਮੁੰਡਾ, ਉਹ ਵੀ ਉਹਨੂੰ ਕੋਈ ਨਹੀਂ ਸਾਂਭਦਾ, ਜੇ ਤੁਸੀਂ ਉਹਦੀ ਮਦਦ ਕਰੋ ਉਹ ਕੈਨੇਡਾ ਵਾਪਸ ਜਾ ਸਕਦਾ। ਤਾਂ ਅਸੀਂ ਵੀਰ ਨੂੰ ਕਰਨੈਲ ਗੇਟ ਦੇ ਕੋਲੋਂ ਜਗਰਾਓਂ ਤੋਂ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਰੈਸਕਿਊ ਕਰਕੇ ਲੈ ਕੇ ਆਏ 2017 ਦੇ ਵਿੱਚ ਐਂਡ ਜੇ ਦੇ ਵਿੱਚ। ਉਹ ਵੀ ਤਸਵੀਰਾਂ ਅਸੀਂ ਸਾਂਝੀਆਂ ਕੀਤੀਆਂ, ਤੁਸੀਂ ਦੇਖੋ।
ਉਸ ਤੋਂ ਬਾਅਦ ਜੱਗੇ ਵੀਰ ਦੀ ਵੀਡੀਓ ਸ਼ੇਅਰ ਕੀਤੀ, ਸੰਗਤ ਨੂੰ ਬੇਨਤੀ ਕੀਤੀ ਵੀ ਇਹਨੂੰ ਕੋਈ ਜੇ ਜਾਣਦਾ ਪਹਿਚਾਣਦਾ ਤਾਂ ਸਾਨੂੰ ਦੱਸੋ। ਬੜੇ ਵੀਰਾਂ ਦੇ ਫੋਨ ਆਏ। ਇਹਦੇ ਨਾਲ ਇੱਕ ਕੇਸ ਵਰਕਰ ਸੀ, ਇਹਦੀ ਭੈਣ ਗੁਰਪ੍ਰੀਤ ਕੌਰ ਬਾਹਰ ਕਨੇਡਾ 'ਚ, ਉਹ ਵੀ ਉਸੇ ਕੌਂਸਲਿੰਗ ਵਾਲੇ ਸ਼ੈਲਟਰ 'ਚ ਜਾਂਦੀ ਸੀ ਜਿੱਥੇ ਇਹਦੀ ਸ਼ੈਲਟਰ ਦੇ ਵਿੱਚ ਕੌਂਸਲਿੰਗ ਹੁੰਦੀ ਸੀ। ਉਹਨੇ ਭੈਣ ਨੇ ਦੱਸਿਆ ਵੀ ਇਹ ਸ਼ੈਲਟਰ 'ਚ ਰਹਿੰਦਾ ਸੀ, ਇਹਦੀ ਕੌਂਸਲਿੰਗ ਹੁੰਦੀ ਸੀ, ਬਸ ਇਹ ਆਪਣੇ ਕੌਂਸਲਰ ਨੂੰ ਇਹੀ ਗੱਲ ਕਹੀ ਗਿਆ ਮੈਂ ਇੰਡੀਆ ਜਾਣਾ, ਇੰਡੀਆ ਜਾਣਾ, ਇੰਡੀਆ ਜਾਣਾ। ਉਹਨਾਂ ਨੇ ਵੀ ਇਹਨੂੰ ਮੈਨੂਪਲੇਟ ਕਰਕੇ ਇਹਦੇ ਦਿਮਾਗ 'ਚ ਪਾਤੀ ਗੱਲ ਵੀ ਤੂੰ ਇਹ ਤਾਂ ਅਪਸੈਟ ਸੀਗਾ ਹੀ, ਵੀ ਜੇ ਤੂੰ ਮੈਰੋਵਾਨਾ ਪੀਂਦਾ ਸੀ ਤੈਨੂੰ ਮੁੱਲ ਲੈਣਾ ਪੈਂਦਾ, ਇੰਡੀਆ ਤੈਨੂੰ ਫ੍ਰੀ ਮਿਲੂਗਾ, ਬਸ ਇਹਨੇ ਜੈਦੀ ਫੜ ਲਈ ਮੈਂ ਇੰਡੀਆ ਜਾਣਾ। ਉਹਨਾਂ ਨੇ ਜੱਜ ਦੇ ਸਾਹਮਣੇ ਪੇਸ਼ ਕੀਤਾ ਤਾਂ ਜੱਜ ਨੇ ਇਹਨੂੰ ਪੁੱਛਿਆ ਕੀ ਕਰਨਾ, ਕਹਿੰਦਾ ਜੀ ਮੈਂ ਇੰਡੀਆ ਜਾਣਾ, ਤਾਂ ਜੱਜ ਨੇ ਇਹਨੂੰ ਇੰਡੀਆ ਭੇਜਣ ਦੇ ਆਰਡਰ ਕਰਤੇ। ਉਹ ਭੈਣ ਨੇ ਦੱਸਿਆ ਵੀ ਜੇ ਤਾਂ ਇਹ ਮੁੜਿਆ ਆਉਂਦਾ ਫਿਰ ਤਾਂ ਇਹਦੀ PR ਬਰਕਰਾਰ ਸੀ, ਫਿਰ ਇਹ ਅੱਜ ਤੋਂ ਲੈ ਕੇ ਹੁਣ ਤੱਕ 6 ਸਾਲ ਹੋ ਗਏ ਮੁੜਿਆ ਹੀ ਨਹੀਂ ਵਾਪਸ, ਵੀ ਇਹਦੀ PR ਕੈਂਸਲ ਹੋ ਗਈ ਆ। ਹੁਣ ਤਾਂ ਇਹਦਾ ਇੱਕੋ ਹੀ ਆਪਸ਼ਨ ਆ, ਇੱਕੋ ਹੀ ਹੱਲ ਆ ਵੀ ਜੇ ਇਹਦਾ ਬੇਟਾ ਜਿਹੜਾ ਬਾਹਰ ਕਨੇਡਾ ਦੇ ਵਿੱਚ ਆ ਉਹ ਇਹਨੂੰ ਸੱਦੇ। ਤਾਂ ਜੱਗੇ ਦਾ ਤਲਾਕ ਹੋਣ ਤੋਂ ਪਹਿਲਾਂ ਇੱਕ ਬੇਟਾ ਸੀ ਕਨੇਡਾ ਦੇ ਵਿੱਚ, ਅੱਜ ਉਹ ਵੀ 17-18 ਸਾਲਾਂ ਦਾ ਹੋ ਗਿਆ, ਬਾਲਗ ਹੋ ਗਿਆ। ਠੀਕ ਆ ਉਹ ਕਨੇਡਾ ਦੇ ਵਿੱਚ ਜੰਮਿਆ ਪਲਿਆ, ਕਦੇ ਆਪਣੇ ਪਾਪਾ ਨੂੰ ਨਹੀਂ ਮਿਲਿਆ, ਪਰ ਅਸੀਂ ਅੱਜ ਇਸ ਵੀਡੀਓ ਦੇ ਮਾਧਿਅਮ ਨਾਲ ਉਹਨੂੰ ਵੀ ਬੇਨਤੀ ਕਰਦੇ ਹਾਂ ਵੀ ਪੁੱਤ ਆਪਣੇ ਪਾਪਾ ਦੀ ਮਦਦ ਕਰ। ਅੱਜ ਅਸੀਂ ਜੱਗੇ ਦੀ ਵੀਡੀਓ ਕਾਹਤੋਂ ਪਾਉਣ ਲੱਗੇ ਹਾਂ, ਇਹ ਵੀ ਇੱਕ ਸਸਪੈਂਸ ਆ, ਇਹ ਵੀ ਇੱਕ ਸਮੱਸਿਆ ਵਾ। ਜੱਗੇ ਦੀ ਤੁਸੀਂ ਹਾਲਤ ਦੇਖੋ ਕੀ ਹੋਈ ਪਈ ਆ, ਪੈਰ ਕਿਵੇਂ ਹੋਏ ਪਏ ਆ, ਕੱਪੜੇ ਕਿੱਦਾਂ ਦੇ ਪਾਏ ਹੋਏ ਆ। ਜੱਗਾ ਹੁਣ ਪਿਛਲੇ 1 ਸਾਲ ਤੋਂ ਲਗਾਤਾਰ ਕਹਿ ਰਿਹਾ ਸੀ ਮੈਂ ਜਾਣਾ, ਮੈਂ ਜਾਣਾ, ਮੈਂ ਜਾਣਾ। ਅਸੀਂ ਬੜਾ ਸਮਝਾਉਂਦੇ ਸੀ ਵੀ ਜੱਗੇ ਕਿਹਦੇ ਕੋਲ ਜਾਣਾ, ਪਰ ਨਹੀਂ ਮੰਨਿਆ। ਸਿਆਲਾਂ 'ਚ ਅਸੀਂ ਇਹਨੂੰ ਭੇਜਤਾ ਵੀ ਚੱਲ 2-4 ਦਿਨ ਲਾਇਆ, ਇਹ ਗਿਆ, ਇਹਨੂੰ ਕਿਸੇ ਨੇ ਆਪਣੇ ਘਰ ਨਹੀਂ ਵੜਨ ਦਿੱਤਾ। ਇੱਕ ਇਹਦਾ ਪ੍ਰਾਹੁਣਾ ਲੁਧਿਆਣੇ ਵਾਲਾ, ਉਹਦਾ ਜ਼ਰੂਰ ਧੰਨਵਾਦ ਆ, ਉਹਨੇ ਚਾਹੇ ਘਰ ਤਾਂ ਨਹੀਂ ਰੱਖਿਆ ਇਹਨੂੰ, ਪਰ ਉਹ ਇੱਥੇ ਛੱਡ ਗਿਆ ਆ ਕੇ ਇਹਨੂੰ ਵਾਪਸ। ਇਹਦੀਆਂ 3 ਭੈਣਾਂ ਜਾ ਕੇ 4 ਭੈਣਾਂ, ਇੱਕ ਲੁਧਿਆਣੇ ਵਿਆਹੀ ਹੋਈ ਆ, ਇੱਕ ਲੁਧਿਆਣੇ, ਇੱਕ ਕਲਕੱਤੇ, ਇੱਕ ਖੰਨੇ, ਇੱਕ ਜਗਰਾਉਂ। ਜਗਰਾਉਂ ਵੀ ਇੱਕ? ਜਗਰਾਉਂ ਕਿੱਥੇ ਪਤਾ ਨਹੀਂ, ਉੱਥੇ ਰਹਿੰਦੀ ਆ ਕਿਤੇ ਆਪਣੇ ਭਰਾ ਨਾਲ, ਕੱਚੇ ਮਾਲਕ ਨੂੰ ਕੱਚੇ ਮਾਲਕ। ਮੈਂ ਗਿਆ ਸੀ ਉਹਦੇ ਕੋਲ ਆਧਾਰ ਕਾਰਡ ਲੈਣ ਗਿਆ ਸੀ, ਮੇਰੇ ਕੋਲ ਪੈਸਾ ਵਾ ਉੱਥੇ ਪੰਜਾਬ ਨੈਸ਼ਨਲ ਬੈਂਕ 'ਚ $27,00,000। ਜੇ ਪੁੱਤਰ ਕੋਲ $27,00,000 ਡਾਲਰ ਹੁੰਦਾ $12,00,000 ਆ, ਪਤਾ ਨਹੀਂ $27,00,000 ਆ, ਇਹਨਾਂ ਦੋਨਾਂ 'ਚ ਨਹੀਂ। ਹੁਣ ਤੂੰ ਘਰੇ ਗਿਆ ਸੀ ਗੋਲਡੀ ਕੋਲੇ, ਉਹਦੇ ਕੋਲੇ ਆਪਣੇ ਭਰਾ ਕੋਲੇ, ਲਵੀ ਕੋਲੇ, ਕੀ ਕਹਿੰਦਾ ਉਹ? ਕਹਿੰਦਾ ਪੈਸੇ ਲੈ ਆ ਤੇ ਆਪਣੇ, ਨਹੀਂ ਉਹਨੇ ਘਰੇ ਰੱਖਿਆ ਤੈਨੂੰ? ਨਹੀਂ ਰੱਖਿਆ ਨਹੀਂ, ਕਹਿੰਦਾ ਕਿਰਾਏ ਤੇ ਰਹਿ ਪਾ ਕਿਤੇ। ਠੀਕ ਆ, ਮੇਰੇ ਕੋਲ ਕਿਰਾਏ ਤੇ, ਭੈਣ ਕੋਲੇ ਗਿਆ ਹੀ ਖੰਨੇ ਵਾਲੀ ਕੋਲੇ? ਨਹੀਂ ਉਹਨੇ ਵੀ ਨਹੀਂ ਰੱਖਿਆ, ਉਹਨੇ ਵੀ ਨਹੀਂ ਰੱਖਿਆ। ਆਧਾਰ ਕਾਰਡ ਦੇ ਦਿਓ ਤੁਸੀਂ ਮੈਨੂੰ। ਤੇ ਅੱਜ ਜੱਗੇ ਦੀ ਹਾਲਤ ਦੇਖੋ, 10 ਦਿਨ ਹੋ ਗਏ ਜੱਗਾ ਇੱਥੋਂ ਸਾਡੇ ਕੋਲੋਂ ਚਲਾ ਗਿਆ, 10 ਦਿਨਾਂ ਬਾਅਦ ਅੱਜ ਜੱਗਾ ਮਿਲਿਆ ਸਾਨੂੰ। ਸਵੇਰੇ ਕਾਲ ਆਈ ਉੱਥੋਂ, ਕੌਂਸਲਰ ਨੇ ਵੀ ਕਿਸੇ ਨੇ ਜਗਰਾਉਂ ਤੋਂ ਕਾਲ ਕੀਤੀ, ਫਿਰ ਅਸੀਂ ਰਵਿੰਦਰ ਆ ਸਾਡੀ ਟੀਮ ਦਾ ਮੈਂਬਰ ਵੀਰ ਜਗਰਾਉਂ ਤੋਂ, ਇਹਨਾਂ ਦੀ ਡਿਊਟੀ ਲਾਈ ਵੀ ਜੱਗਾ ਲੱਭੋ, ਜੇ ਕਿਤੇ ਲੱਭਦਾ ਤਾਂ ਜਗਰਾਉਂ ਕਿਤੇ। ਫਿਰ ਕਿਵੇਂ ਪਤਾ ਲੱਗਿਆ ਆਪਾਂ ਨੂੰ?
ਉਹਨਾਂ ਦਾ ਫੋਨ ਆਇਆ ਜਿਹਨਾਂ ਦਾ ਉਹਨਾਂ ਪੁੱਛਿਆ ਸੀ, ਉਹ ਕਹਿੰਦੇ ਬਾਬਾ ਰੱਬ ਦੀ ਜਗ੍ਹਾ ਕੋਈ ਉੱਥੇ ਵੀ ਰਾਤ ਰਿਹਾ ਸੀ, ਵੀ ਇਹ ਨਮਾ ਕੇ ਕੱਪੜੇ ਬਦਲਦੇ ਵੀ ਇੱਥੇ ਆ ਕੇ ਲੈ ਜਾਓ। ਠੀਕ ਆ। ਫਿਰ ਹੁਣ ਜਦੋਂ ਮੈਂ 4 ਵਜੇ ਗੱਲ ਹੋਈ ਸੀ, ਮੈਂ ਫਿਰ ਫ੍ਰੀ ਹੋ ਕੇ ਲੈ ਆਇਆ ਸੀ। ਇਹ ਤੂੰ ਜਾ ਕੇ ਲੈ ਕੇ ਆਇਆ? ਜੀ ਜਾ ਕੇ ਲੈ ਕੇ ਆਇਆ। ਠੀਕ ਆ ਵੀਰੇ, ਚਲੋ ਧੰਨਵਾਦ ਆ ਵੀਰੇ ਤੁਹਾਡਾ, ਹੈ ਨਾ। ਤੁਸੀਂ ਜਿਹੜਾ ਉਪਰਾਲਾ ਕੀਤਾ ਰਵਿੰਦਰ, ਮੂਵੀ ਦੇਖ ਕੇ ਆਇਆ ਕਹਿੰਦਾ ਸਰਤਾਜ ਦੀ। ਕਿਹੜੀ ਮੂਵੀ ਦੇਖੀ ਜੇ? ਸ਼ਾਇਰ। ਸ਼ਾਇਰ? ਸ਼ਾਇਰ ਤਾਂ ਕੋਈ ਮੂਵੀ ਨਹੀਂ ਯਾਰ। ਹੈਗੀ ਹੈਗੀ। ਨਹੀਂ ਸ਼ਾਇਰ ਮੂਵੀ ਦਾ ਕੋਈ ਨਹੀਂ ਹੈਗੀ ਯਾਰ। ਜੱਗੇ ਕੀ ਹਾਲ ਹੋ ਗਿਆ 10 ਦਿਨਾਂ 'ਚ? ਹੁਣ ਦੁਬਾਰਾ ਜਾਣਾ ਭੱਜਣਾ? ਮੇਰੀ ਮਿਹਨਤੀ ਆ, ਹੁਣ ਟੈਕ ਹੈ ਵੀਰੇ, ਟੈਕ ਜਾ, ਹੁਣ ਨਹੀਂ ਜਾਣਾ। ਅੱਛਾ ਦੇਖ, ਕੋਈ ਨਹੀਂ ਕਿਸੇ ਦਾ ਬੇਲੀ ਦੁਨੀਆ, ਮਤਲਬ ਪਾਸਪੋਰਟ ਵੀ ਦੇ ਦਾਂਗੇ। ਮੇਰੇ ਕੋਲ ਕਿੱਥੇ ਹੈ ਪਾਸਪੋਰਟ ਤੇਰਾ? ਬਣੇ ਬਣੇ ਦਾ ਹੈਗੇ ਜੀ। ਕਿੱਥੇ ਆ ਜਿਹੜੇ ਹੁਣ ਬਣਾਏ ਸੀ ਜਿੰਦਰ? ਉਹਨਾਂ ਨੇ ਉਹ ਤਾਂ ਆਧਾਰ ਕਾਰਡ ਬਣਵਾਏ ਸੀਗੇ। ਉਹ ਦੇ ਦਿਓ ਫਿਰ। ਉਹ ਕੀ ਕਰੇਗਾ? ਉਹ ਮੈਂ ਬੈਂਕ ਅਕਾਊਂਟ $1200 ਆ, ਉਹ ਲੈਣਾ ਮੈਂ। ਕਿੱਥੋਂ ਲੈਣਾ ਪੁੱਤ $1200? $900 ਮੇਰਾ ਟੋਰਾਂਟੋ ਅਕ੍ਰੋਸ ਬਾਉਂਡਰੀ 'ਚੋਂ ਆਉਂਦਾ ਵਾ, ਪਬਲਿਕ ਗਾਰਡਨ ਟਰੱਸਟ 'ਚੋਂ ਆਉਂਦਾ ਵਾ, $34,000 ਰੁਪਈਆ ਮਹੀਨੇ ਦਾ ਵੀਰੇ। ਉਹ ਤਾਂ ਹੁਣ ਉਹ ਕਹਿੰਦੇ ਆਉਂਦਾ ਬੈਂਕ ਵਾਲੇ, ਕਿੰਨੇ ਸਾਲ ਹੋ ਗਏ ਪਤਾ ਤੈਨੂੰ ਆਏ ਨੂੰ? ਉਹ ਕਹਿੰਦੇ ਉਹਨੇ ਦੇਈ ਜਾਣਾ ਵਾ, 10-20 ਸਾਲ ਦੇਣੇ ਆ ਉਹਨੇ ਕਹਿੰਦੇ। ਕੋਈ ਨਹੀਂ ਦਿੰਦਾ ਵੀਰੇ, ਫਿਰ ਇੱਥੇ ਖੋਲ ਦੋ ਮੇਰਾ। ਕੋਈ ਨਹੀਂ ਦਿੰਦਾ, ਬਸ ਤੂੰ ਮੇਰਾ ਵੀਰਾ ਬਣ ਕੇ ਇੱਥੇ ਆਰਾਮ ਨਾਲ ਰਹਿ, ਐਵੇਂ ਨਾ ਭੱਜ ਦੌੜ ਕਰ, ਹੁਣ ਟਿਕ ਜਾ। ਇੱਕ ਇਹਦੀ ਬੇਨਤੀ ਆ ਸਾਡੀ ਇਹਦੇ ਰਿਸ਼ਤੇਦਾਰਾਂ ਨੂੰ ਯਾਰ, ਬਾਈ ਇੰਨੇ ਵੀ ਨਿਰਮੋਹੀ ਨਾ ਹੋ ਯਾਰ, ਮਿਲ ਤਾਂ ਜਾਇਆ ਕਰੋ ਆ ਕੇ। ਭੈਣਾਂ ਨਾਲ ਦੀਆਂ ਜੰਮੀਆਂ ਭੈਣਾਂ ਨੂੰ ਬੇਨਤੀ ਆ, ਐਡਾ ਕਿੱਡਾ ਕੁ ਜਲਾਦ ਆ ਜੱਗਾ, ਮਿਲ ਹੀ ਜਾਇਆ ਕਰੋ ਤਾਂ ਜੋ ਉਹਨੂੰ ਸਬਰ ਧਰ ਆ ਜਾਇਆ ਕਰੇ ਵੀ ਹਾਂ ਮੇਰਾ ਕੋਈ ਆਉਂਦਾ ਮੈਨੂੰ ਮਿਲਣ। ਜਦੋਂ ਇਹ ਕਿਸੇ ਹੋਰ ਦੇ ਰਿਸ਼ਤੇਦਾਰ ਨੂੰ ਮਿਲਣਾ ਇਹਨੂੰ ਦੇਖਦਾ, ਫਿਰ ਇਹਦੇ ਬਹੁਤ ਅੰਦਰ ਤੜਫਣਾ ਹੁੰਦੀ ਹੈ। ਜਦੋਂ ਇਹ ਕਿਸੇ ਨੂੰ ਜਾਂਦੇ ਦੇਖਦਾ, ਅਸੀਂ ਕਿਸੇ ਨੂੰ ਘਰੇ ਭੇਜਦੇ ਹਾਂ ਵੀ ਅੱਜ ਉਹਦਾ ਪਰਿਵਾਰ ਲੈਣ ਆ ਗਿਆ, ਉਹਦਾ ਘਰ ਲੱਭ ਗਿਆ, ਫਿਰ ਜੱਗਾ ਤਰਲੋ ਮੱਛੀ ਕਰਦਾ। ਮਿਲ ਜਿਆ ਕਰੋ ਬਸ, ਤਾਂ ਜੋ ਜੱਗੇ ਵਰਗੇ ਵੀਰ ਸਾਡੇ ਪਰਿਵਾਰ ਦੇ ਵਿੱਚ ਅੰਦਰ 596 ਮੈਂਬਰ ਆ ਸਾਡੇ ਪਰਿਵਾਰ 'ਚ ਅੱਜ, ਉਹਨਾਂ ਨੂੰ ਉਹਨਾਂ ਦੇ ਆਪਣੇ ਜੇ ਮਿਲਦੇ ਰਹਿਣ ਘੱਟੋ ਘੱਟ, ਉਹਨਾਂ ਨੂੰ ਸਕੂਨ ਤਾਂ ਰਹੇ ਵੀ ਸਾਡਾ ਕੋਈ ਹੈਗਾ। ਜੱਗੇ ਲਈ ਅਰਦਾਸ ਕਰਿਓ, ਜੱਗੇ ਦੇ ਬੇਟੇ ਨੂੰ ਵੀ ਬੇਨਤੀ ਹੈ ਸਾਡੀ ਵੀ ਵੀਰੇ ਹੁਣ ਤੂੰ ਵੱਡਾ ਹੋ ਚੱਲਿਆ, ਇਹਨੂੰ ਕੈਨੇਡਾ ਲੈ ਜਾ ਕੇ। ਮੈਨੂੰ ਜਨਾਨੀ ਮਾਰਨਾ ਚਾਹੁੰਦੀ ਆ, ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ, 302 ਦਾ ਪਰਚਾ ਹੋਵੇ ਅਤੇ 420 ਦਾ ਪਰਚਾ ਹੋਵੇ, ਜੇ ਦਰੋਹੀ ਦਾ ਪਰਚਾ ਹੋਵੇ। ਬਸ ਠੀਕ, ਹੁਣ ਨਹੀਂ ਬੋਲਣਾ, ਬਸ ਦੇਖੋ ਇੰਨਾ ਅਪਸੈਟ ਹੋਇਆ ਫਿਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।